ਤਾਜ਼ਾ ਮਾਮਲਾ ਲੁਧਿਆਣਾ ਦੇ ਸਲੇਮ ਟਾਬਲੀ ਏਰੀਏ ਦੇ ਅਧੀਨ ਪੈਂਦੇ ਐਲਡੀਕੋ ਕਲੋਨੀ ਵਿਖੇ ਬਣੀ ਪੁਲਿਸ ਚੌਂਕੀ ਤੋਂ ਸਾਹਮਣੇ ਆਇਆ, ਜਿੱਥੇ ਕਿ ਕਲੋਨੀ ਨਿਵਾਸੀਆਂ ਦੇ ਵੱਲੋਂ ਪੁਲਿਸ ਚੌਂਕੀ ਪ੍ਰਤੀ ਹੀ ਰੋਸ ਜ਼ਾਹਰ ਕੀਤਾ ਗਿਆ। ਦੱਸ ਦਈਏ ਕਿ ਐਲਡੀਕੋ ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਜੋ ਸਾਡੀ ਕਲੋਨੀ ਦੇ ਵਿੱਚ ਐਂਟਰੀ ਦੇ ਉੱਪਰ ਹੀ ਪੁਲਿਸ ਚੌਂਕੀ ਬਣੀ ਹੈ, ਅਸੀਂ ਉਸਦਾ ਵਿਰੋਧ ਕਰਦੇ ਹਾਂ। ਉਹਨੇ ਕਿਹਾ ਕਿ ਬਿਲਕੁਲ ਸਹੀ ਹੈ ਕਿ ਪੁਲਿਸ ਚੌਂਕੀ ਸਾਡੀ ਸੁਰੱਖਿਆ ਦੇ ਲਈ ਬਣਾਈ ਗਈ ਹੈ, ਪਰ ਇਹ ਪੁਲਿਸ ਚੌਂਕੀ ਦੇ ਵਿੱਚ ਆਏ ਦਿਨ ਹੀ ਰੋਜ਼ ਤਰ੍ਹਾਂ ਤਰ੍ਹਾਂ ਦੇ ਕਿੱਸੇ ਸਾਹਮਣੇ ਆਉਂਦੇ ਨੇ ਅਤੇ ਸਾਡੀ ਕਲੋਨੀ ਦੇ ਉੱਪਰ ਮਾੜਾ ਅਸਰ ਪੈਂਦਾ। ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕਰਦੇ ਹਾਂ ਕਿ ਇਹ ਚੌਂਕੀ ਨੂੰ ਕਿਤੇ ਹੋਰ ਬਣਾਇਆ ਜਾਵੇ। ਐਲਡੀਕੋ ਨਿਵਾਸੀ ਹਾਂ ਸਰ, ਉੱਥੇ ਮੇਨ ਪ੍ਰੋਬਲਮ ਜਗ੍ਹਾ ਹੀ ਨਹੀਂ ਹੈ, ਚੌਂਕੀ ਜੋਗੀ ਵੀ ਜਗ੍ਹਾ ਨਹੀਂ ਹੈ, ਅਤੇ ਪਾਰਕਿੰਗ ਕਿੱਥੇ ਹੋਣਗੀਆਂ ਗੱਡੀਆਂ? ਨੈਚੁਰਲੀ ਗੱਲ ਆ, ਐਲਡੀਕੋ ਦੇ ਬਾਹਰ ਹੀ ਪਾਰਕਿੰਗ ਹੋਊਗੀ, ਮੇਨ ਪਾਰਕਿੰਗ ਪ੍ਰੋਬਲਮ ਵੀ ਆਉਣੀ ਇਹਨਾਂ ਨੂੰ। ਔਰ ਸੈਕਿੰਡ ਨੰਬਰ 'ਤੇ ਚੌਂਕੀ ਦੀ ਪ੍ਰੋਪਰ ਜਗ੍ਹਾ ਹੈ ਨਹੀਂ ਉਹਨਾਂ ਕੋਲ, ਧੱਕੇ ਨਾਲ ਬਣ ਰਹੀ ਹੈ, ਛੋਟੀ ਛੋਟੀ ਜਿਹੀ ਜਗ੍ਹਾ ਨੂੰ ਸ਼ੈੱਡ ਜਿਹਾ ਪਾ ਕੇ ਹੌਲੀ ਹੌਲੀ ਕਰਕੇ ਕਵਰ ਹੋ ਰਿਹਾ, ਅਕਸਰ ਕਲੋਨੀ ਦੇ ਬਿਲਕੁਲ ਫਰੰਟ ਗੇਟ 'ਤੇ ਹੀ ਚੌਂਕੀ ਆ ਰਹੀ। PCR ਹਾਲਟ ਬਣਿਆ ਸੀਗਾ ਜੀ, ਉਹ ਗੱਲ ਵੱਖਰੀ ਆ, ਉਹਦੀ ਗੱਡੀ ਵੀ ਅੰਦਰ ਹੀ ਖੜਦੀ, ਸਾਡੇ ਕਲੋਨੀ ਦੇ ਅੰਦਰ ਹੀ ਗੱਡੀ ਖੜਦੀ, ਉਹਦੀ ਵੀ ਗੱਡੀ, ਉਹ ਤਾਂ ਪਾਰਕਿੰਗ ਜਗ੍ਹਾ ਹੀ ਨਹੀਂ ਹੈ, ਚੌਂਕੀ ਚਾਹੀਦੀ ਆ, ਉਹਦੇ ਅੱਗੇ ਖੋਖਾ ਵੀ ਆਏਗਾ, ਚਾਹ ਵੀ ਸਾਰੇ ਹਰ ਤਰ੍ਹਾਂ ਦਾ ਬੰਦਾ ਖੜੇਗਾ ਜੀ, ਔਰ ਰਿਹਾਇਸ਼ ਹੀ ਏਰੀਆ ਅੰਦਰ। ਅਸੀਂ ਇਹੀ ਮੰਗ ਕਰਦੇ ਹਾਂ ਕਿ ਚੌਂਕੀ ਥੋੜ੍ਹੀ ਅੱਗੇ ਪਿੱਛੇ ਬਣੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਪੂਰਾ ਸਹਿਯੋਗ ਦੇਵਾਂਗੇ, ਸਾਰੀ ਕਲੋਨੀ ਦਾ ਆਸ਼ਵਾਸਨ ਹੈ, ਪੂਰਾ ਪੂਰਾ ਸਹਿਯੋਗ ਆ ਸਾਰੀ ਕਲੋਨੀ ਵਾਲਿਆਂ ਦਾ। ਮੇਰਾ ਨਾਮ ਰਜੀਮ ਲੋਤਰਾ ਜੀ, ਅਸੀਂ ਐਲਡੀਕੋ ਸਟੇਟ 1 ਦੇ ਨਿਵਾਸੀ ਹੈਗੇ ਹਾਂ। ਸਾਡੇ ਉੱਥੇ ਬਾਹਰ ਇੱਕ ਪੁਲਿਸ ਪਿਕਟ PCR ਪਿਕਟ ਬਣਾਈ ਗਈ ਸੀ, ਜਿਹੜੀ ਸੁਰੱਖਿਆ ਨੂੰ ਦੇਖ ਕੇ ਸਾਨੂੰ ਅਕਸੈਪਟੇਬਲ ਸੀ। ਅੱਜ ਉਸੇ ਜਗ੍ਹਾ 'ਤੇ ਇਹਨੂੰ ਪੁਲਿਸ ਚੌਂਕੀ 'ਚ ਤਬਦੀਲ ਕੀਤਾ ਜਾ ਰਿਹਾ, ਜਿੱਥੇ ਕਿ ਜਗ੍ਹਾ ਬਹੁਤ ਘੱਟ ਹੈ, ਔਰ ਸਾਡੇ ਬਿਲਕੁਲ ਜਿਹੜੀ ਮੇਨ ਐਂਟਰੀ ਹੈ, ਜਿੱਥੋਂ ਸਾਰੇ ਧੀਆਂ ਭੈਣਾਂ ਨੇ ਡੇਲੀ ਲੰਘਣਾ, ਦਰਜਨਾਂ ਵਾਰੀ ਆਉਣਾ ਅਤੇ ਜਾਣਾ ਹੈਗਾ, ਉਹਦੇ ਬਿਲਕੁਲ ਮੁਹਾਣੇ 'ਤੇ ਉਹ ਹੈਗੀ ਹੈ। ਫਰੰਟ 'ਤੇ GD ਰੋਡ ਹੈ, ਸਾਈਡ 'ਤੇ ਸਾਡੀ ਕਲੋਨੀ ਹੈ, ਓਬਵੀਅਸਲੀ ਜਿਹੜੇ ਵੀ ਵਹੀਕਲਸ ਆਉਣਗੇ ਜਾਂ ਜੋ ਕੁਛ ਵੀ ਹੋਊਗਾ ਉਹ ਸਾਡੀ ਐਂਟਰੀ 'ਤੇ ਖੜ੍ਹਾ ਹੋਊਗਾ, ਸਾਨੂੰ ਉਸ ਚੀਜ਼ ਤੋਂ ਇਤਰਾਜ਼ ਆ। ਸਾਨੂੰ ਜਿਹੜੀ ਉੱਥੇ PCR ਦੀ ਪੋਸਟ ਪਿਕਟ ਹੈਗੀ ਸੀ ਉਹ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ, ਬਟ ਫਿਊਚਰ ਜਿੱਦਾਂ ਚੌਂਕੀਆਂ ਦੀਆਂ ਐਕਟੀਵਿਟੀਜ਼ ਚੱਲਦੀਆਂ, ਉਹਨਾਂ ਦੀ ਐਕਟੀਵਿਟੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਲਈ ਬਹੁਤ ਸਾਰੀ ਪ੍ਰੋਬਲਮ ਹੋਣ ਜਾ ਰਹੀ ਹੈ, ਜਿਹਦਾ ਵਿਰੋਧ ਦਰਜ ਕਰਾਉਣ ਅਸੀਂ ਇੱਥੇ ਆਏ ਸੀ। ਅਤੇ ਅਸੀਂ ਪਹਿਲਾਂ ਵੀ DC ਸਾਹਿਬ ਨੂੰ, ਕਮਿਸ਼ਨਰ ਸਾਹਿਬ ਨੂੰ ਮੇਜ਼ ਰਾਹੀਂ ਰਿਟਰਨ ਸਬਮਿਸ਼ਨਸ ਭੇਜੀਆਂ ਸੀ, ਜਿਹਦਾ ਹਜੇ ਤੱਕ ਤਾਂ ਕੋਈ ਅਸਰ ਨਹੀਂ ਹੋਇਆ। ਅੱਜ ਅਸੀਂ CM ਪੰਜਾਬ ਨੂੰ, DGP ਪੰਜਾਬ ਨੂੰ, ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੂੰ, ਇਹ ਸਾਰਿਆਂ ਨੂੰ ਵੀ ਮੇਜ਼ ਕਰਕੇ ਆਪਣੀ ਸਬਮਿਸ਼ਨ ਭੇਜੀਆਂ ਵੀ ਸਾਡੀ ਜਿਹੜੀ ਇਹ ਸਵਰਗ ਵਰਗੀ ਕਲੋਨੀ ਹੈ ਇਹਨੂੰ ਹੈਲ ਨਾ ਬਣਾਓ, ਅਤੇ ਕਿਰਪਾ ਕਰਕੇ ਸਾਨੂੰ ਸਾਡਾ, ਅਸੀਂ ਚੌਂਕੀ ਦਾ ਸਵਾਗਤ ਕਰਦੇ ਹਾਂ ਬਟ ਇਹ ਜਿਹੜੀ ਪਲੇਸਮੈਂਟ ਹੈਗੀ ਆ ਇਹਦਾ ਅਸੀਂ ਵਿਰੋਧ ਕਰਦੇ ਹਾਂ, ਇਹਨੂੰ 100-200 ਮੀਟਰ ਇੱਧਰ ਉੱਧਰ ਕਰਕੇ ਕਿਤੇ ਇੱਥੇ ਪਲਾਨ ਕੀਤਾ ਜਾਵੇ, ਚੌਂਕੀ ਵੈਲਕਮ ਹੈ, ਪਲੇਸਮੈਂਟ ਤੋਂ ਅਸੀਂ ਡਿਨਾਈ ਕਰਦੇ ਹਾਂ। SHO ਸਾਹਿਬ ਨੇ ਆਸ਼ਵਾਸਨ ਉਹ ਦੇ ਵੀ ਨਹੀਂ ਸਕਦੇ, ਅਸੀਂ ਆਪਣਾ ਸਬਮਿਸ਼ਨ ਦੇ ਤਾ, ਇਹਨਾਂ ਨੂੰ ਰਿਟਰਨ ਹੋਰ ਸਾਈਨ ਕਰਾ ਕੇ ਇਹਨਾਂ ਨੂੰ ਦੇਵਾਂਗੇ, ਸਾਡੀ ਗੱਲ ਨੂੰ ਇਹ ਉੱਪਰ ਪਹੁੰਚਾਉਣਗੇ, ਸਿੱਧਾ ਵੀ ਅਸੀਂ ਪਹੁੰਚਾਉਣ ਦੀ ਹੋਰ ਕੋਸ਼ਿਸ਼ ਕਰਾਂਗੇ, ਉਹ ਜੋ ਵੀ ਆ ਡਿਸੀਜ਼ਨ ਆਪਰ ਅਥੋਰਟੀਜ਼ ਨੂੰ ਲੈਣਾ, SHO ਸਾਹਿਬ ਤਾਂ ਸਾਡੀ ਸਬਮਿਸ਼ਨ ਉੱਪਰ ਹੀ ਭੇਜ ਸਕਦੇ ਆ, ਉਹਨਾਂ ਨੂੰ ਅਸੀਂ ਇਨਵਾਈਟ ਕੀਤਾ, ਤੁਸੀਂ ਸਾਈਟ 'ਤੇ ਆਓ, ਵਿਜ਼ਿਟ 'ਤੇ ਆਓ, ਜੋ ਅਸੀਂ ਕਹਿ ਰਹੇ ਹਾਂ ਫੋਰਸ ਹੀ ਕਰਕੇ ਦੇਖੋ, ਫਿਊਚਰ ਜਾ ਕੇ ਦੇਖੋ ਵੀ ਸਾਡੀਆਂ ਜਿਹੜੀਆਂ ਦਿੱਕਤਾਂ ਹੈਗੀਆਂ ਉਹ ਜਾਇਜ਼ ਆ ਕਿ ਨਹੀਂ ਹੈ, ਤੁਸੀਂ ਉਹਨੂੰ ਕਰਕੇ ਉਹਦੇ ਹਿਸਾਬ ਨਾਲ ਸਾਡੀ ਸਬਮਿਸ਼ਨ ਨੂੰ ਆਪਣੇ ਵਿਚਾਰਾਂ ਦੇ ਨਾਲ ਅੱਗੇ ਫੋਰਵਰਡ ਕਰੋ। ਠੀਕ ਹੈ ਬ੍ਰਦਰ, ਅਸੀਂ ਜਗ੍ਹਾ ਨਹੀਂ ਸੁਜੈਸਟ ਕਰ ਸਕਦੇ, ਜਗ੍ਹਾ ਤਾਂ ਦੇਖੋ ਸਰਕਾਰ ਰਹੀ ਲੱਭਣੀ ਹੈ, ਉਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ,
ਹਾਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿਉਂਕਿ ਪੁਲਿਸ ਚੌਂਕੀ ਸਾਡੀ ਸੁਰੱਖਿਆ ਦਾ ਵਿਸ਼ਾ ਹੈਗਾ ਵੀ ਉਹਦੇ ਵਿੱਚ ਸਹਿਯੋਗ ਅਸੀਂ ਜ਼ਰੂਰ ਕਰਾਂਗੇ ਜੇ ਉਹਦੇ 'ਚ ਬਣੂਗੀ ਅਸੀਂ ਰਲ ਮਿਲ ਕੇ ਸਾਰੇ ਸਹਿਯੋਗ ਪਾਵਾਂਗੇ ਇਹ ਅਸੀਂ ਜ਼ਰੂਰ ਕਿਹਾ ਵਾ ਜਗ੍ਹਾ ਤਾਂ ਆਈ ਡੋਂਟ ਥਿੰਕ ਸੋ ਕੋਈ ਵੀ ਜਿਹੜਾ ਸ਼ਹਿਰ ਵਾਸੀ ਹੈਗਾ ਉਹ ਆਪਣੇ ਪਾਰਕਿੰਗ ਦੀ ਪ੍ਰੋਬਲਮ ਹੈ।